हेलो गाइस, थोड़ा बहुत बहुत स्वागत है थोड़े अपने यूट्यूब चैनल एम एस वाइन स्कोर तुम थे जी। आप आए हैं बाबा बालकनाथ जी के मंदिर से। बाबा जी की चौंकी लगी हुई है, जेठ एतवार है, अज चेत महीने का। तो बाबा जी के दिन, चलो सारे बाबे देने बाबा जी के, अज जेठ एतवार चेत महीने का। तो मंदिर चौंकी लगी हुई है, तो दिन झंडा भी सगा बाबा जी का, तो लंगर भी चल रहा सगा, भंडारा भी सगा बाबा जी का। तो अपने को आ नहीं होया तो थानू कोई व्यू दिखाने बाबा जी। चलो हूँ चौंकी का थोड़ा जिन्ना भी है उन्ना दिखाने। चलो आप चलते बाबा जी के मंदिर जी अंदर, एंटर हो चुके हैं। तो चौंकी लगी हुई है जी, तो संगत पहुंचिया हुई आ। इधर चाह का लंगर जी तैयार हो रहा। साढ़े दीपू शर्मा जी बना रहे हैं चौंकी दे विच। इधर सेवादार लगे हो जी, बाबा जी का धूना। डुल्लू बादशाह प्रधान जी सेवादार, साडा मुंडा आई बाहरों आया होया, भैन साहब से लगे थे साडे मनु जी, साडे बिंदु भाई ने मिलन ला पौंदे हुए। चाह का लंगर चलूगा चौंकी के बाद। बिल्लू प्रधान जी चाह वाली दी आन दी उड़ीक करते हुए, कदों आवे तो कदों गलासा में, कदों संगत नूं बरताइए। ऐदां ही है प्रधान जी, बाबा जी चौंकी संगत नु चाह बरताती, संगत पी रही है, आप भी पी रहे हैं। चाय 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 करी चाय वाले टेक्निकली साडे बैन साहब चाह दे नाल मठियां खांदे हुए, टेक्निकली एक घुट चाह दा एक घुट मठी दा बैन साहब होने जसा बनता पूरा। प्रसाद बन ली जोगी, जोगी प्रसाद बनी मेरा भी जोगी प्रसाद बन ली अपने मेरा ना अपनी जेब च पा ली जोगी मेरा ना अपनी जेब च पा ली। लो जी सारे सेवादार इधर चाह पीते हुए। चलो रौनक मेला ऐदा हुंदा है भरावां दे नाल सारिआं दे नाल। इधर बांडा है, बांडा समोसा अद्धा अद्धा, आलू आलू तेरे थले करड़े करड़े मेरे, आलू आलू तेरे करड़े करड़े मेरे, ऐ तेरे बांडा वेंदा है उन्ना दे विच आलू आलू खा के चक्की गंडा ले खड़ा मोरे मेरे चाचा जी। ओ नहीं नहीं चाचा, सारिआं दी बांडा चाचा, साडे पट्टी साहब कबड्डी लेने पेट दे विच कबड्डी दिखाया मुंडा आया जी बाहरों जोलन तो, अगे जसमाल जोलन सी ते हुण साडे आई जी जोलन तो। चाह का घुट भर लीए जेब च पाले एक दौने। लो जी साडे मुख सेवादार दीपू शर्मा जी ते शिव कुमार जी है, सतिकाल। ते साडे जोगी जी हुणी प्रसाद मेरा भी चक्की फिरदे आ, ते आपां फन लगे जोगी जी कोल अपना प्रसाद
ਸਾਰੇ ਇੱਕੋ ਹੀ ਮੇਰੇ ਭਰਾ ਇਹ ਤਾਂ ਹੁਣ ਮੈਂ ਜੋਗੀ ਜੋਗੀ ਨੂੰ ਕਵਰ ਕੀਤਾ ਉਦਾਂ ਦੋਲ ਭਾਵੇ ਲੇਬਰ ਸ਼ਾਦ ਦੇ ਤਾਂ ਆਪਣਾ ਨਾਲੇ ਕਵਰ ਕੀਤਾ ਲੋ ਜੀ ਬਾਕੀ ਤੁਹਾਨੂੰ ਦਿਖਾਉਂਦੇ ਜੇ ਕੋਈ ਵਿਊ ਹੋਇਆ ਤਾਂ ਵਾਈਸ ਚੌਂਕੀ ਲੱਗ ਚੁੱਕੀ ਹੈ ਅਤੇ ਆਰਤੀ ਹੋ ਚੁੱਕੀ ਅਤੇ ਬਾਬਾ ਜੀ ਦੇ ਹੁਣ ਸਾਰੇ ਛੱਡੀ ਮਾਨੀ ਮੋਹਿਤ ਬੱਗਾ ਕਲਾਕਾਰੀ ਦੇ ਆਪਣੇ ਜ਼ੋਰ ਦਿਖਾ ਕੇ ਆਏ ਸਾਡੇ ਮੋਹਿਤ ਬੱਗਾ ਜੀ ਅਤੇ ਪਿੱਛੇ ਉਹ ਸੁਰ ਚੱਕ ਮੈਂ ਪੂਰੇ ਪੂਰੇ ਲਾਏ ਇਹ ਸਿੰਘੇ ਦੇ ਬੈਗ 'ਤੇ ਵੀ ਗਾਉਂਦੇ ਆ ਸਾਨੂੰ ਦਾਦਾ ਨੇ ਸਿੰਘੇ ਦੇ ਬੈਗ 'ਤੇ ਹੋਏ 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 ਇਹੀ ਕਰਦੇ ਆ ਭਾਅ ਜੀ ਤੁਹਾਡੇ ਨਾਲ ਤਾਂ ਬਲੌਗ ਦੀ ਸ਼ੋਭਾ ਹੋਈ ਆ ਸਾਰਾ ਬਲੌਗ ਦਾ ਬਗਾੜ ਸੀ ਪਹਿਲਾਂ ਹਾਂਜੀ ਠੀਕ ਹੈ ਜੀ ਲਓ ਜੀ ਪਹਿਲਾਂ ਚੌਂਕੀ ਚੱਲਦੀ ਨੇ ਆਏ ਸੀ ਅਸੀਂ ਅਤੇ ਤੁਹਾਨੂੰ ਬਾਬਾ ਜੀ ਦੇਵਿੰਦਰ ਦਰਸ਼ਨ ਹੁਣ ਕਰਾ ਦੇਣੇ ਅਤੇ ਵਿੱਚ ਚੌਂਕੀ ਲੱਗ ਚੁੱਕੀ ਆ ਸੋ ਬਾਬਾ ਜੀ ਦੇ ਦਰਸ਼ਨ ਚੌਂਕੀ ਕੱਲੀ ਦਿਖਾਈ ਹੈ ਜੀ ਤੇ ਦਿਨੇ ਤੁਹਾਨੂੰ ਕੋਈ ਵੀ ਵਿਊ ਦਿਖਾਣੀ ਹੋਇਆ ਮਾਨੀ ਮੈਂ ਲੈ ਲਈ ਵਿੱਚ ਅੱਜ ਮਾਨੀ ਪੁੱਤ ਲੈ ਲਿਆ ਗਿਆ ਸਾਡਾ ਮਾਨੀ ਪੁੱਤ ਗੇਮਾਂ ਬਹੁਤ ਖੇਡਦੀ ਫੋਨ ਤੇ ਯੂਟਿਊਬ ਬਹੁਤ ਦੇਖਦੀ ਇੱਕ ਇਹ ਯੂਟਿਊਬ ਇਹਦਾ ਬੰਦ ਕਰਾਉਣਾ ਸੀ ਯੂਟਿਊਬ ਮੋਬਾਈਲ ਹੈ ਤਾਂ ਖੋਲ ਕੇ ਰੱਖ ਲੈਣਾ ਨੈਟ ਬੰਦ ਸੀਗਾ ਆਏ ਨੈਟ ਬੰਦ ਯਾਰ ਲਾਈਟ ਕੈਮਰਾ ਲਾਈਟ ਐਕਸ਼ਨ ਯਾਰ ਕੈਮਰਾ ਵੀ ਲਾਈਟ ਨਹੀਂ ਆ ਰਹੀ ਚਲੋ ਰਹਿੰਦੇ ਆਪਾਂ ਇੱਦਾਂ ਇੱਦਾਂ ਫਿਰਨੇ ਇਹ ਕੌਣ ਨਹੀਂ ਮੈਂ ਯਾਰ ਲਾਈਟ ਚਲਾ ਕੱਲ ਨੂੰ ਕਹਿੰਦੇ 12 ਵਜੇ ਮੈਂ ਲਓ ਜੀ ਆਪਣੇ ਆਪਾਂ ਹੁਣ ਕਾਨੂੰ ਤੁਰੇ ਬਲੌਗ ਦੇ ਐਂਡ ਕਰਦੀ ਹੈ ਨੀਸ਼ ਭਰਾ ਆਪਣਾ ਬਲੌਗ ਦੇ ਵਿੱਚ ਬੋਲੂਗਾ ਜੇ ਕੁਛ ਕਬੱਡੀ 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 ਭਰਾ ਸਾਡਾ ਕਬੱਡੀ ਬਹੁਤ ਵਧੀਆ ਖੇਡਦਾ ਤੇ ਪਿੰਡ ਦਾ ਮੁਹੱਲੇ ਦਾ ਸਾਰੇ ਏਰੀਏ ਦਾ ਨਾਮ ਰੋਸ਼ਨ ਕਰਦਾ ਰਹਿੰਦਾ ਆਈ ਡੀ ਕੀ ਆ ਨੀਸ਼ ਪੰਡਿਤ ਆਈ ਡੀ ਆ ਇੰਸਟਾਗ੍ਰਾਮ ਫੇਸਬੁੱਕ ਇੰਸਟਾਗ੍ਰਾਮ ਤੇ ਤੁਸੀਂ ਉੱਥੇ ਜਾ ਕੇ ਭਾਜੀ ਨੂੰ ਦੇਖ ਸਕਦੇ ਹਾਂ ਤੇ ਇਹਨਾਂ ਦੇ ਕਬੱਡੀ ਦੇ ਕਰਤੱਬ ਵੀ ਦੇਖ ਸਕਦੇ ਹਾਂ ਸਹੀ ਹੈ ਨਾ ਜ਼ੋਰ ਜ਼ੋਰ ਕੇ ਟੱਪ ਦੇ ਭਾਜੀ ਐਨ ਕਿ ਚਲੋ ਵਧੀਆ ਖੇਡਦਾ ਮੁੰਡਾ ਚਲੋ ਨਹੀਂ ਏਦਾਂ ਹੋਣਾ ਨੀ ਤੇ ਚਲੋ ਯਾਰ ਨਹੀਂ ਵਧੀਆ ਖੇਡਦਾ ਯਾਰ ਮੁੰਡਾ ਜਿੱਦਾਂ ਮਰਜ਼ੀ ਆ ਮੈਂ ਪਿਛਲੇ ਸਾਲ ਦਾ ਪਾਇਆ ਇਸ ਸਾਲ ਮੈਨੂੰ ਮੇਰੇ ਕੋਲ ਜਾਣ ਹੀ ਹੋਇਆ ਤੇ ਮਿਸ ਹੋ ਗਿਆ ਮੇਰੇ ਕੋਲ ਵਿਆਹ ਸੀ ਉਸ ਦਿਨ ਖੇਡਿਆ ਵੀ ਨਹੀਂ ਸੱਟ ਲੱਗੀ ਸੀ ਚਲੋ ਮੈਂ ਵਧੀਆ ਫਿਰ ਗਿਆ ਚਲੋ ਆਪਾਂ ਫਿਰ ਬਲੌਗ ਦਾ ਇੱਥੇ ਕਰਦੇ ਐਂਡ ਜੇ ਤੁਹਾਨੂੰ ਬਲੌਗ ਆਪਣਾ ਵਧੀਆ ਲੱਗਾ ਤਾਂ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਤਾਂ ਜੋ ਸਾਨੂੰ ਨਹੀਂ ਤੁਹਾਨੂੰ ਸਾਰਿਆਂ ਨੂੰ ਗਿਆਨ ਵਾਲੀਆਂ ਵੀਡੀਓ ਵੀ ਮਿਲਦੀਆਂ ਰਹਿਣ ਹਾਂਜੀ ਸਬਸਕ੍ਰਾਈਬ ਹੈ ਜੀ ਹਾਂ ਮੈਨੂੰ ਬੋਲਣਾ ਨਹੀਂ ਆਉਂਦਾ ਸੀ ਮੈਂ ਮਸੀਂ ਸਿੱਖਿਆ ਕਦੇ ਰੱਟਾ ਮਾਰੋਗੇ ਸਬਸਕ੍ਰਾਈਬ ਮਸੀਂ ਸਿੱਖਿਆ ਜਾ ਕੇ ਸੋ ਚਲੋ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਤਾਂ ਜੋ ਤੁਹਾਨੂੰ ਸਾਡੀਆਂ ਗਿਆਨ ਵਾਲੀਆਂ ਵੀਡੀਓ ਵੀ ਮਿਲਦੀਆਂ ਰਹਿਣ